ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਆਪਾਂ ਕੁਝ ਮਹੀਨੇ ਪਹਿਲਾਂ ਦੇਖਿਆ ਵੀ ਸਿਲੀਕਨ ਵੈਲੀ ਬੈਂਕ ਫੇਲ ਹੋ ਫੇਲ ਜਿਹੜਾ ਉਹ ਹੋਇਆ ਉੱਥੇ ਬੈਂਕ ਰਨ ਹੋਇਆ ਅੱਜ ਇੱਕ ਜਿਹੜਾ ਨਵਾਂ ਪੇਪਰ ਆ ਉਸ ਦੇ ਵਿੱਚ ਇਹ ਸਬੂਤ ਕਹਿੰਦੇ ਵੀ ਪੇਸ਼ ਕੀਤੇ ਗਏ ਆ ਵੀ ਜਿਹੜੀਆਂ ਕੁਝ ਟਵੀਟਸ ਕੀਤੀਆਂ ਗਈਆਂ ਟਵਿੱਟਰ ਦੇ ਉੱਤੇ ਉਹਦੇ ਕਰਕੇ ਇਹ ਜਿਹੜਾ ਬੈਂਕ ਰਨ ਹੋਇਆ ਸੋ ਸੋਸ਼ਲ ਮੀਡੀਆ ਦੀ ਇਹ ਫਰੈਂਜ਼ੀ ਦੇ ਕਰਕੇ ਕਿਹਾ ਜਾ ਸਕਦਾ ਵੀ ਇਹ ਬੈਂਕ ਇੱਕ ਹਿਸਾਬ ਦੇ ਨਾਲ ਫੇਲ ਹੋ ਗਿਆ ਇਹ ਜਿਹੜੀ ਰਿਸਰਚ ਆ ਪੰਜ ਫਾਈਨੈਂਸ ਦੇ ਜਿਹੜੇ ਪ੍ਰੋਫੈਸਰ ਆ ਯੂਐਸ ਤੇ ਜਿਹੜੇ ਯੂਰਪ ਤੋਂ ਆ ਉਹਨਾਂ ਨੇ ਇੱਕ ਵੱਡੇ ਪੱਧਰ ਦੇ ਤੇ ਇੱਕ ਲਾਰਜ ਸਕੇਲ ਅਕੈਡੈਮਿਕ ਅਟੈਂਪਟ ਜਿਹੜਾ ਆ ਉਹ ਕੀਤਾ ਆ ਕੋਸ਼ਿਸ਼ ਕੀਤੀ ਆ ਇਹ ਸਵਾਲਾਂ ਦੇ ਉੱਤਰ ਲੱਭਣ ਦੇ ਲਈ ਵੀ ਇਹ ਬੈਂਕ ਦਾ ਫੇਲੀਅਰ ਮਾਰਚ ਮਹੀਨੇ ਦੇ ਵਿੱਚ ਕਿਉਂ ਜਿਹੜਾ ਉਹ ਹੋਇਆ 42 ਬਿਲੀਅਨ ਡਾਲਰ ਇੱਕ ਦਿਨ ਦੇ ਵਿੱਚ ਸਿਲੀਕਨ ਵੈਲੀ ਬੈਂਕ ਦੇ ਵਿੱਚੋਂ ਕਢਾ ਲਏ ਗਏ withdraw ਜਿਹੜੇ ਆ ਉਹ ਕਿੰਨੇ ਕਰ ਲਏ ਕਹਿੰਦੇ ਵੀ ਦੁਨੀਆ ਦਾ ਕੋਈ ਵੀ ਕਿੱਡਾ ਵੀ ਤਗੜਾ ਬੈਂਕ ਕਿਉਂ ਨਾ ਹੋਵੇ ਜਦੋਂ ਇੱਕ ਦਿਨ 'ਚ ਇੰਨੇ ਡਾਲਰ ਘਟਾਏ ਜਾਣ ਤਾਂ ਉਸ ਨੂੰ ਚੱਲਣਾ ਜਿਹੜਾ ਉਹ ਕਾਫੀ ਮੁਸ਼ਕਲ ਹੋ ਜਾਂਦਾ ਆ ਸੋ ਇਹ ਜਿਹੜਾ ਕਹਿੰਦੇ ਵੀ ਹੁਣ ਕਲੀਅਰ ਹੋਇਆ ਆ 6 ਹਫ਼ਤੇ ਬਾਅਦ ਇੱਕ ਜਿਹੜਾ ਪੇਪਰ ਆ ਕੋ-ਆਥਰ ਕੀਤਾ ਗਿਆ ਯੂਨੀਵਰਸਿਟੀ ਦੇ ਪ੍ਰੋਫੈਸਰਜ਼ ਦੇ ਦੁਆਰਾ ਉਹਨਾਂ ਨੇ ਇਹ ਪਾਇਆ ਆ ਵੀ ਜਿਹੜਾ ਕਮਿਊਨੀਕੇਸ਼ਨ ਤੇ ਜਿਹੜਾ ਕੋਆਰਡੀਨੇਸ਼ਨ ਆ ਇਹ ਸੋਸ਼ਲ ਮੀਡੀਆ ਦੇ ਉੱਤੇ ਇਸ ਤੇ ਉਲਟ ਜਿਹੜਾ ਹੋਇਆ ਉਹਨੇ ਨਾਲ ਹੀ ਲੋਕਾਂ ਦੇ ਵਿੱਚ ਇੱਕ ਹਿਸਾਬ ਦੇ ਨਾਲ ਭਜੜੜ ਜਿਹੜੀ ਆ ਉਹ ਪੂਰੀ ਤਰ੍ਹਾਂ ਮਚ ਗਈ ਤੇ ਬੈਂਕ ਰਨ ਜਿਹੜਾ ਉਹ ਹੋਇਆ ਕਹਿੰਦੇ ਵੀ ਜਿਹੜੀਆਂ ਟਵਿੱਟਰ ਕਨਵਰਸੇਸ਼ਨਸ ਹੋਈਆਂ ਉਹ ਉਹਨਾਂ ਨੇ ਅਬਜ਼ਰਵ ਕੀਤੀਆਂ ਤੇ ਉਸ ਤੋਂ ਇਹ ਇਸ ਫੈਸਲੇ ਦੇ ਉੱਤੇ ਪਹੁੰਚੇ ਆ ਵੀ ਬੈਂਕ ਫੇਲ ਹੋ ਗਿਆ ਯਾਰ ਸੋ ਆਪਾਂ ਉਸ ਦਿਨ ਵੀ ਜਿਹੜੀ ਹਰਜੋਤ ਸਿੰਘ ਜੀ ਜਦੋਂ ਬੈਂਕ ਫੇਲ ਹੋਇਆ ਸੀ ਉਸ ਤੋਂ ਬਾਅਦ ਚ ਗੱਲ ਕੀਤੀ ਸੀ ਵੀ ਰੌਲਾ ਸੋਸ਼ਲ ਮੀਡੀਆ ਤੇ ਇੰਨਾ ਕੁ ਜ਼ਿਆਦਾ ਜਿਹੜਾ ਇਸ ਤੇ ਬਾਬਤ ਪੈ ਗਿਆ ਵੀ ਹਰ ਇੱਕ ਨੇ ਸੋਚਿਆ ਵੀ ਸਭ ਕੁਝ ਹੀ ਕੰਮ ਡੈੱਡ ਹੋ ਗਿਆ ਜਿਹਦੇ ਤੇ ਬਚ ਗਏ ਚਲੋ ਉਹ ਤੇ ਕਹੂਗਾ ਵੀ ਚਲ ਚੰਗਾ ਹੋ ਗਿਆ ਸੀ ਕਿਢਾਲੇ ਪਰ ਇਹ ਤਾਂ ਸਟੈਪ ਇਨ ਕਰ ਲਿਆ ਉਹ ਨਾਲ ਦੇ ਨਾਲ ਟ੍ਰੈਜਰੀ ਸਕੱਤਰ ਸਰਕਾਰ ਨੇ ਉਸ ਬੈਂਕ ਨੂੰ ਆਪਣੇ ਹੱਥ ਚ ਰੈਗੂਲੇਟਰਸ ਨੇ ਲੈ ਕੇ ਤਾਂ ਲੋਕਾਂ ਦੀ ਰਾਸ਼ੀ ਜਿਹੜੀ ਉਹ ਬਚਾ ਲਈ ਔਰ ਇਹ ਚੀਜ਼ ਜਿਹੜੀ ਇਥੋਂ ਇਹ ਡਰ ਸੰਭਵ ਜਿਹੜਾ ਉਹ ਨਜ਼ਰ ਆਉਂਦਾ ਆ ਹਰ ਵਾਰੀ ਇੰਨੀਆਂ ਬੈਂਕਾਂ ਨੂੰ ਰੈਗੂਲੇਟਰਸ ਨੇ ਬਚਾਉਣਾ ਨਹੀਂ ਉਹਦੇ ਨਾਲ ਕਈ ਲੋਕਾਂ ਦੀ ਜਿਹੜੀ ਮਿਹਨਤ ਦੀ ਕਮਾਈ ਆ ਉਹ ਫੁੱਸ ਹੋ ਸਕਦੀ ਆ ਉਹ ਜ਼ੀਰੋ ਜਿਹੜੀ ਹੋ ਸਕਦੀ ਆ ਸੋ ਆਪਾਂ ਨੂੰ ਵੀ ਜਿਹੜਾ ਉਹ ਧਿਆਨ ਦੇ ਨਾਲ ਦੇਖਣਾ ਪੈਣਾ ਆ ਸੋਸ਼ਲ ਮੀਡੀਆ ਅੱਜਕੱਲ ਇੰਨਕ ਜਿਆਦਾ ਕਿਸੇ ਵੀ ਅੰਗ ਨੂੰ ਭੰਬੜ ਦੇ ਵਿੱਚ ਜਿਹੜਾ ਉਹ ਤਬਦੀਲ ਕਰ ਦਿੰਦਾ ਆ ਵੀ ਏਡੇ ਵੱਡੇ ਵੱਡੇ ਬੈਂਕ ਵੀ ਜਿਹੜੇ ਉਸਨੇ حساب ਦੇ ਨਾਲ ਫੇਲ ਕਰਾਉਂਦਾ ਜੀ ਦੁਨੀਆ ਬੈਂਕਾਂ ਦੀ ਗੱਲ ਕਰਦੇ ਜਾਈਏ ਕ੍ਰੈਡਿਟ ਸੂਜ਼ੀ ਜੋ ਬੈਂਕਾਂ ਕਹਿੰਦੇ ਭਈ ਉਹਦੇ ਕਸਟਮਰਸ ਨੇ 67 ਬਿਲੀਅਨ ਡਾਲਰਸ ਸਵਿਟਸ ਫ੍ਰਾਂਸ ਜੋ 75.2 ਬਿਲੀਅਨ ਡਾਲਰ ਯੂ ਐਸ ਬਣਦੇ ਹੈਗੇ ਆ ਪਹਿਲੇ 3 ਮਹੀਨਿਆਂ ਚ ਇਸ ਸਾਲ ਦੇ ਵਿੱਚ ਉਥੋਂ ਕਢਾ ਲਏ ਹੈਗੇ ਆ ਇਹ ਇੱਕ ਇਹ ਵੀ ਉਹਨਾਂ ਦੇ ਲਈ ਬਹੁਤ ਵੱਡੀ ਫਿਕਰ ਵਾਲੀ ਗੱਲ ਆ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਇਹ ਅਨਾਉਂਸਮੈਂਟ ਆਈ ਸੀ ਹੋ ਸਕਦਾ ਹੈ ਕਿ UBS ਬੈਂਕ ਕ੍ਰੈਡਿਟ ਸੂਜੀ ਨੂੰ ਐਕਵਾਇਰ ਕਰ ਲਵੇ ਕ੍ਰੈਡਿਟ ਸੂਜੀ ਨੇ ਕਿਹਾ ਹੈ ਕਿ ਨੈਟ ਐਸੈਟ ਆਊਟਫਲੋ 4.2 ਬਿਲੀਅਨ ਡਾਲਰ ਪਹਿਲੇ ਕੁਆਟਰ ਦੇ ਵਿੱਚ ਉਹਨਾਂ ਦਾ ਨਿਕਲ ਗਿਆ ਹੈ ਸੋ ਲੋਕਾਂ ਦੇ ਵਿੱਚ ਡਰ ਵਾਲਾ ਮਾਹੌਲ ਕਾਫੀ ਹੈ ਇਸੇ ਕਰਕੇ ਇੰਨੇ ਜਿਹੜੇ ਪੈਸੇ ਕਢਾ ਰਹੇ ਆ